ਪ੍ਰਕਾਸ਼ ਹੋਇਆ ਸੀ ਨਾ ਜਿੱਥੋਂ ਆਵੇ ਉੱਥੇ ਦਾ ਉੱਥੇ ਪ੍ਰਕਾਸ਼ ਹੋਇਆ ਉੱਥੇ ਦਾ ਉੱਥੇ ਦਾ ਘਟਾ ਵੇਖੋ ਜਿੱਥੇ ਪ੍ਰਕਾਸ਼ ਹੋਇਆ ਉੱਥੇ ਦਾ ਉੱਥੇ ਦਾ ਜਿੱਥੇ ਪ੍ਰਕਾਸ਼ ਸੀ ਉੱਥੇ ਦਾ ਉੱਥੇ ਹੀ ਪ੍ਰਕਾਸ਼ ਵੇਖੋ ਮਹਾਰਾਜ ਜੀ ਭਾਈ ਛੱਡੋ ਤੁਸੀਂ ਮਹਾਰਾਜ ਸਮਝ ਘਟਾ ਵਾ ਆਹ ਚੀਜ਼ ਵੇਖੋ ਆ ਲੈਣ ਵੇਖੋ ਜਿੱਥੇ ਪ੍ਰਕਾਸ਼ ਹੋਇਆ ਮਹਾਰਾਜ ਦਾ ਓਦਾਂ ਦਾ ਪ੍ਰਕਾਸ਼ਨ ਕਦੀ ਹੋਇਆ ਹੀ ਨਹੀਂ ਮਹਾਰਾਜ ਦਾ ਅੰਮ੍ਰਿਤ ਕੀਰਤਨ ਆ ਅੰਮ੍ਰਿਤ ਕੀਰਤਨ ਬਾਬਾ ਜੀ ਆ ਗਈ ਆ ਨਹੀਂ ਸੇਵਾ ਹੁੰਦੀ ਸੇਵਾ ਕਰਦੇ ਇਕੱਠੀਆਂ ਹੋਈਆਂ ਇਹ ਨਿਹੰਗ ਜਥੇਬੰਦੀਆਂ ਇੱਕ ਦੁਕਾਨ ਦੇ ਅੰਦਰ ਨੇ ਜਿੱਥੇ ਦੁਕਾਨਦਾਰ ਦੇ ਵੱਲੋਂ ਦੁਕਾਨ ਦੇ ਇੱਕ ਕਮਰੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਰੱਖਿਆ ਗਿਆ ਸੀ ਜਿਸ ਨੂੰ ਸੁਸ਼ੋਭਿਤ ਕੀਤਾ ਗਿਆ ਪਰ ਮਰਿਆਦਾ ਅਨੁਸਾਰ ਉਸ ਦੀ ਸੇਵਾ ਨਹੀਂ ਹੋ ਰਹੀ ਸੀ ਜਦੋਂ ਇਸ ਦੀ ਜਾਣਕਾਰੀ ਸਤਿਕਾਰ ਕਮੇਟੀ ਨੂੰ ਪਹੁੰਚੀ ਤਾਂ ਮੌਕੇ ਤੇ ਨਿਹੰਗ ਜਥੇਬੰਦੀਆਂ ਪਹੁੰਚੀਆਂ ਤੇ ਉਹਨਾਂ ਨੇ ਜੋ ਹਾਲ ਦੇਖਿਆ ਕਮਰੇ ਦਾ ਉਸ ਨੂੰ ਦੇਖ ਕੇ ਉਹਨਾਂ ਦਾ ਮਨ ਪਸੀਜ ਗਿਆ ਅਤੇ ਉਹਨਾਂ ਨੇ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਦਰਅਸਲ ਇਸ ਗਲਾਸ ਹਾਊਸ ਦੇ ਵਿੱਚ ਇੱਕ ਦੁਕਾਨ ਦੇ ਅੰਦਰ ਹੀ ਸਟੋਰ ਬਣਿਆ ਹੋਇਆ ਹੈ ਤੇ ਸਟੋਰ ਦੇ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਭਾਇਮਾਨ ਕੀਤਾ ਗਿਆ ਸੀ ਜਿੱਥੇ ਪਾਲਕੀ ਸਾਹਿਬ ਤੇ ਰੁਮਾਲਾ ਸਾਹਿਬ ਤੇ ਧੂੜ ਮਿੱਟੀ ਪਈ ਹੋਈ ਸੀ ਇਸ ਕਮਰੇ ਦੇ ਵਿੱਚ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਭਾਇਮਾਨ ਕੀਤਾ ਗਿਆ ਤਾਂ ਇੱਥੇ ਆਸੇ ਪਾਸੇ ਸਟੋਰ ਵਾਲਾ ਹੀ ਮਾਹੌਲ ਬਣਿਆ ਸੀ ਜਿੱਥੇ ਪੁਰਾਣੀਆਂ ਇੱਟਾਂ ਤੋਂ ਲੈ ਕੇ ਪੁਰਾਣਾ ਸਮਾਨ ਸਾਰਾ ਕਮਰੇ 'ਚ ਰੱਖਿਆ ਹੋਇਆ ਸੀ ਤੇ ਉੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਵੀ ਮੌਜੂਦ ਸੀ ਨਾ ਤਾਂ ਪਾਵਨ ਸਰੂਪ ਦਾ ਪ੍ਰਕਾਸ਼ ਕੀਤਾ ਜਾਂਦਾ ਸੀ ਤੇ ਨਾ ਹੀ ਸੁਖਾਸਨ ਸਾਹਿਬ ਕੀਤਾ ਗਿਆ ਸੀ ਇਸ ਲਈ ਸਤਿਕਾਰ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਇੱਥੇ ਪਹੁੰਚ ਕੇ ਇਸ ਦੁਕਾਨਦਾਰ ਦੇ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਪਾਵਨ ਸਰੂਪ ਨੂੰ ਮਰਿਆਦਾ ਦੇ ਨਾਲ ਗੁਰੂ ਘਰ ਦੇ ਵਿੱਚ ਸੁਸ਼ੋਭਿਤ ਕੀਤਾ ਗਿਆ ਹੈ ਮਾਮਲਾ ਅੰਮ੍ਰਿਤਸਰ ਦੇ ਗੋਲਹੱਟੀ ਚੌਂਕ ਤੋਂ ਸਾਹਮਣੇ ਆਇਆ ਹੈ ਜਿੱਥੇ ਗੋਲਹੱਟੀ ਦੇ ਵਿੱਚ ਇੱਕ ਗਲਾਸ ਹਾਊਸ ਹੈ ਤੇ ਗਲਾਸ ਹਾਊਸ ਦੇ ਅੰਦਰ ਹੀ ਇੱਕ ਕਮਰੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸਥਾਪਿਤ ਕੀਤਾ ਗਿਆ ਸੀ ਪਰ ਰਹਿਤ ਮਰਿਆਦਾ ਦੇ ਅਨੁਸਾਰ ਉਸਦੀ ਸੇਵਾ ਨਹੀਂ ਕੀਤੀ ਜਾ ਰਹੀ ਸੀ ਬਲਕਿ ਜਦੋਂ ਇੱਥੇ ਨਿਹੰਗ ਜਥੇਬੰਦੀਆਂ ਅੰਦਰ ਪਹੁੰਚੀਆਂ ਤਾਂ ਪਾਲਕੀ ਸਾਹਿਬ ਜਿਸ ਦੇ ਵਿੱਚ ਪਾਵਨ ਸਰੂਪ ਸੁਸ਼ੋਭਿਤ ਕੀਤਾ ਗਿਆ ਸੀ ਧੂੜ ਮਿੱਟੀ ਪਈ ਹੋਈ ਸੀ ਜੋ ਰੁਮਾਲਾ ਸਾਹਿਬ ਇਸ ਪਾਵਨ ਸਰੂਪ ਤੇ ਦਿੱਤਾ ਗਿਆ ਸੀ ਉਸ ਤੇ ਵੀ ਘੱਟਾ ਮਿੱਟੀ ਪਿਆ ਹੋਇਆ ਸੀ ਜਿਸ ਨੂੰ ਦੇਖ ਕੇ ਨਿਹੰਗ ਜਥੇਬੰਦੀਆਂ ਨੇ ਨਾਰਾਜ਼ਗੀ ਵੀ ਜ਼ਾਹਰ ਕੀਤੀ ਤੇ ਫਿਰ ਇਸ ਦੁਕਾਨਦਾਰ ਦੇ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ ਗੁਰੂ ਸਾਹਿਬ ਜੀ ਸਾਡੇ ਕੋਲ ਸੇਵਾ ਸੰਭਾਲ ਨਹੀਂ ਹੋਈ ਸਾਰੀ ਸੰਗਤ ਕੋਲ ਮਾਫੀ ਮੰਗਦਾ ਜੀ ਗੁਨਾਹ ਹੋਇਆ ਮੇਰੇ ਕੋਲ ਜੀ ਜੇਕਰ ਸੇਵਾ ਸੰਭਾਲ ਨਹੀਂ ਹੋਈ ਸੀ ਤੁਸੀਂ ਅਕਸ਼ਰੀ ਅਕਾਲ ਤਖਤ ਸਾਹਿਬ ਜਾਂਦੇ ਉੱਥੇ ਮਹਾਰਾਜ ਦੇ ਰੂਪ ਉੱਥੇ ਜਾ ਕੇ ਆਉਂਦੇ ਤੇ ਤੁਸੀਂ ਇਹ ਫਿਰ ਕਿਉਂ ਰੱਖਿਆ ਅਸੇ ਗਲਤੀ ਹੋ ਗਈ ਗੁਨਾਹ ਹੋ ਗਿਆ ਮੇਰੇ ਬਣ ਗਿਆ ਜੀ ਤੋਂ ਮਾਰੇ ਤੁਹਾਡੇ ਘਰ ਆ ਜੀ ਨਹੀਂ ਕੀ ਨਾ 10 ਸਾਲ ਤੋਂ 10 ਸਾਲ ਤੋਂ 10 ਸਾਲ ਤੋਂ ਸੋਢੀ ਗਲਾਸ ਹਾਊਸ ਆ ਸਾਨੂੰ ਸਾਡੇ ਸਿੰਘਾਂ ਨੂੰ ਇੱਥੇ ਪਤਾ ਲੱਗਾ ਸੀ ਭਾਈ ਰਾਜਵੀਰ ਸਿੰਘ ਹੁਣਾਂ ਨੂੰ ਵੀ ਇਹਨਾਂ ਦੀ ਦੁਕਾਨ ਦੇ ਵਿੱਚ ਗੁਰੂ ਸਾਹਿਬ ਜੀ ਪ੍ਰਕਾਸ਼ਮਾਨ ਨੇ ਜਦੋਂ ਇੱਥੇ ਅਸੀਂ ਪਹੁੰਚੇ ਹਾਂ ਸਿੰਘਾਂ ਸਮੇਤ ਅਤੇ ਅਸੀਂ ਕਮਰਾ ਜਿਹੜਾ ਉਹ ਖੋਲ੍ਹ ਕੇ ਵੇਖਿਆ ਵਾ
ਤੇ ਕਮਰੇ ਵਿੱਚ ਜਿਹੜਾ ਉਹ ਮਹਾਰਾਜ ਦਾ ਪ੍ਰਕਾਸ਼ ਸੀਗਾ। ਪ੍ਰਕਾਸ਼ ਮਹਾਰਾਜ ਦਾ ਜਿਹੜਾ ਸੀਗਾ ਉੱਥੇ ਕੋਈ ਸੁਖਾਸਣ ਦੀ ਜਗ੍ਹਾ ਨਹੀਂ ਸੀ ਹੈਗੀ, ਬੜਾ ਛੋਟਾ ਜਿਹਾ ਕਮਰਾ ਵਾ। ਉਸ ਕਮਰੇ ਵਿੱਚ ਵੀ ਇਹਨਾਂ ਨੇ ਆਪਣਾ ਲਿਟਰੇਚਰ ਕਿਤਾਬਾਂ ਕਤੂਬਾਂ ਰੱਖੀਆਂ ਹੋਈਆਂ ਸੀ। ਸਤਿਕਾਰ ਮਹਾਰਾਜ ਦਾ ਬਿਲਕੁਲ ਨਹੀਂ ਸੀ ਹੈਗਾ, ਘੱਟਾ ਜੰਮਿਆ ਹੋਇਆ ਸੀਗਾ, ਮਹਾਰਾਜ ਦੇ ਬਸਤਰ ਗੰਦੇ ਸੀਗੇ ਅਤੇ ਪ੍ਰਕਾਸ਼ ਸੀ ਮਹਾਰਾਜ, ਸੇਵਾ ਸੰਭਾਲ ਨਹੀਂ ਸੀ ਹੁੰਦੀ ਪ੍ਰੋਪਰ। ਸੋ ਜਦੋਂ ਇੱਥੇ ਪਹੁੰਚ ਕੇ ਸਾਰੀ ਕਾਰਵਾਈ ਅਸੀਂ ਕੀਤੀ ਆ ਅਤੇ ਭਾਈ ਬਲਵੀਰ ਸਿੰਘ ਮੁੱਛਲ ਹੋਣੀ ਆਏ ਨੇ ਇੱਥੇ, ਤੁਸੀਂ ਮੀਡੀਆ ਆਇਆ ਹੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕ ਆਏ ਸੀ ਪਾਲਕ ਸਾਹਿਬ ਲੈ ਕੇ। ਸੋ ਗੁਰੂ ਸਾਹਿਬ ਨੂੰ ਅਸੀਂ ਜਿਹੜਾ ਵਾ ਉਹ ਰਾਮਸਰ ਸੁਸ਼ੋਭਿਤ ਕਰਵਾ ਦਿੱਤਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਪਰ ਇਹਨਾਂ ਵੱਲੋਂ ਜਿਹੜੀ ਗੱਲ ਕਹੀ ਜਾ ਰਹੀ ਕਿ ਮੇਰੇ ਕੋਲ ਗਲਤੀ ਹੋ ਗਈ, ਗਲਤੀ ਹੁੰਦੀ ਆ ਬੰਦੇ ਕੋਲੋਂ ਅਣਜਾਣਤਾ ਵੱਸ, ਕੋਈ ਅਣਜਾਣ ਗਲਤੀ ਕਰੇ, ਗੁਨਾਹ ਹੋ ਰਹੇ ਨੇ ਸਾਡੇ ਕੋਲੋਂ ਅਤੇ ਅਸੀਂ ਆਪਣੇ ਹੱਥੀਂ ਗ੍ਰਾਂ ਕਰ ਰਹੇ ਹਾਂ। ਜੇ ਅਸੀਂ ਸੇਵਾ ਸੰਭਾਲ ਨਹੀਂ ਕਰ ਸਕਦੇ, ਅਸੀਂ ਪ੍ਰਕਾਸ਼ ਨਾ ਕਰੀਏ ਮਹਾਰਾਜ ਦਾ, ਥਾਂ ਥਾਂ ਦੇ ਗੁਰੂ ਘਰ ਨੇ ਸਾਡੇ ਮੋੜਾਂ ਦੇ ਉੱਤੇ, ਉੱਥੇ ਜਾ ਕੇ ਦਰਸ਼ਨ ਕਰ ਲਈਏ ਮਹਾਰਾਜ ਦੇ। ਜੇ ਸਹਿਜ ਪਾਠ ਕਰਨਾ, ਸੈਂਚੀਆਂ ਸਾਡੇ ਕੋਲ ਹੈਗੀਆਂ, ਪੋਥੀਆਂ ਹੈਗੀਆਂ, ਉਹ ਲੈ ਆਈਏ। ਪਰ ਪ੍ਰਕਾਸ਼ ਕਰਕੇ ਅਸੀਂ ਕਿਹੜਾ ਵੱਡਾ ਸਿੱਖ ਬਣਨਾ ਚਾਹੁੰਦੇ ਹਾਂ, ਮੈਨੂੰ ਨਹੀਂ ਸਮਝ ਆਉਂਦੀ। ਫਿਰ ਜੇ ਪ੍ਰਕਾਸ਼ ਕੀਤਾ ਵਾ ਫਿਰ ਸਤਿਕਾਰ ਤਾਂ ਬਹਾਲ ਕਰੀਏ ਮਹਾਰਾਜ ਦਾ, ਘੱਟੋ ਘੱਟ ਬਾਅਦ ਸੋਹਣਾ ਕਮਰਾ ਹੋਵੇ, ਸੋਹਣਾ ਪ੍ਰਕਾਸ਼ ਹੋਵੇ, ਸੁਖਾਸਨ ਵਾਸਤੇ ਜਗ੍ਹਾ ਹੋਵੇ। ਪਰ ਇੱਥੇ ਤਾਂ ਸੁਖਾਸਨ ਵਾਸਤੇ ਜਗ੍ਹਾ ਛੱਡੋ, ਪ੍ਰਕਾਸ਼ ਵਾਸਤੇ ਵੀ ਜਗ੍ਹਾ ਇੰਨੀ ਕੁ, ਅਤੇ ਉੱਥੇ ਮਾਰੇ ਪ੍ਰਕਾਸ਼ ਕੀਤਾ ਹੋਇਆ। ਤੁਸੀਂ ਜਦੋਂ ਇੱਥੇ ਪਹੁੰਚੇ ਦੇਖਿਆ ਰਹੇ, ਇਹ ਦੁਕਾਨ ਆ ਜੀ ਰਿਹਾਇਸ਼ ਦੇ ਉੱਪਰ ਆ। ਤੁਸੀਂ ਦੇਖ ਕੀ ਦੇਖਿਆ ਇੱਥੇ ਆ ਕੇ ਜਦੋਂ? ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਪਤਾ ਲੱਗਾ ਸੀਗਾ ਅਤੇ ਅਸੀਂ ਇੱਥੇ ਪਹੁੰਚੇ ਹਾਂ, ਛੋਟਾ ਜਿਹਾ ਕਮਰਾ ਵਾ ਦੁਕਾਨ ਦੇ ਵਿੱਚ ਹੀ ਜਿੱਥੇ ਮਾਰਾ ਪ੍ਰਕਾਸ਼ ਸੀਗਾ, ਅਤੇ ਪ੍ਰਕਾਸ਼ ਬੜੀ ਮਾੜੀ ਹਾਲਤ ਵਿੱਚ ਸੀ। ਆਮ ਜਿੱਦਾਂ ਆਪਾਂ ਦੇਖਦੇ ਪਹਿਲਾਂ ਵੀ ਬੜੀਆਂ ਥਾਵਾਂ 'ਤੇ ਇਹ ਹੋਇਆ ਵਾ ਕਿ ਗੁਰੂ ਸਾਹਿਬ ਦਾ ਸਤਿਕਾਰ ਜਿਹੜਾ ਬਿਲਕੁਲ ਨਹੀਂ ਹੁੰਦਾ, ਸਿਰਫ ਪ੍ਰਕਾਸ਼ ਕਰਕੇ ਲੋਕ ਭੁੱਲ ਜਾਂਦੇ ਨੇ। ਇਹ ਸੋਚਦੇ ਵੀ ਸ਼ਾਇਦ ਅਸੀਂ ਵਾਲੀ ਕਿੰਨੇ ਕੁ ਵੱਡੇ ਸਿੱਖ ਬਣ ਗਏ ਹਾਂ ਮਾਰਾ ਦਾ ਪ੍ਰਕਾਸ਼ ਕਰਕੇ, ਪਰ ਜਦਕਿ ਇਹਨਾਂ ਦੀ ਸੋਚ ਅਤੇ ਇਹਨਾਂ ਦੀ ਕਰਨ ਦੇ ਵਿੱਚ ਬੜਾ ਫਰਕ ਆ। ਗੁਰੂ ਸਾਹਿਬ ਸਰਕਾਰ ਵਾਲੇ ਲੋਕਾਂ ਵੱਲੋਂ ਬਿਲਕੁਲ ਨਹੀਂ ਕੀਤਾ ਜਾਂਦਾ। ਨਹੀਂ ਜੀ, ਪੁਰਾਣਾ ਸਰੂਪ ਸੀ, 2007 ਦਾ ਪ੍ਰਕਾਸ਼ ਸੀ, ਪਰ ਕਾਫੀ ਅੰਗ ਖੰਡਤ ਸੀਗੇ ਮਹਾਰਾਜ ਦੇ। ਨਹੀਂ, ਰੋਜ਼ ਸੇਵਾ ਨਹੀਂ ਸੀ ਹੁੰਦੀ ਜੀ। ਗੁਰੂ ਸਾਹਿਬ ਨੂੰ ਰਾਮਸਰ ਸ਼ੋਭਿਤ ਕਰਵਾਤਾ ਜੀ, ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਚਾਰਕ ਨੇ ਬੁਲਾਇਆ ਸੀਗਾ ਉਹਨਾਂ ਵੱਲੋਂ ਦੇਖਦੇ ਹੁਣ ਕੀ ਕਾਰਵਾਈ ਕੀਤੀ ਜਾਂਦੀ ਹੈ। ਕੀ ਕਹਿਣਾ ਚਾਹੋਗੇ ਜਿਹੜੇ ਅੱਜ ਕੱਲ੍ਹ ਹੋਰ ਵੀ ਲੋਕ, ਕਈ ਐਸੇ ਲੋਕ ਨੇ ਜਿਨ੍ਹਾਂ ਬਾਰੇ ਪਤਾ ਹੀ ਨਹੀਂ ਹੈਗਾ ਵੀ ਭਾਰਤ ਮਹਾਰਾਜ ਸਰੂਪ ਰੱਖਣੇ, ਪਰ ਸੇਵਾ ਸੰਭਾਲ? ਇਹੀ ਬੇਨਤੀ ਕਰਦੇ ਹਾਂ ਵੀ ਜਿੱਥੇ ਸੇਵਾ ਸੰਭਾਲ ਨਹੀਂ ਕਰ ਸਕਦੇ, ਨਹੀਂ ਹੁੰਦੀ, ਤੁਸੀਂ ਨਾ ਪ੍ਰਕਾਸ਼ ਕਰੋ, ਤੁਸੀਂ ਮਹਾਰਾਜ ਨੂੰ ਗੁਰੂ ਘਰ ਪਹੁੰਚਾ ਦਿਓ, ਸ਼੍ਰੋਮਣੀ ਕਮੇਟੀ ਨੂੰ ਦੱਸ ਦਿਓ, ਜਥੇਬੰਦੀਆਂ ਹੈਗੀਆਂ ਉਹਨਾਂ ਨੂੰ ਦੱਸ ਦਿਓ, ਅਸੀਂ ਸੇਵਾ ਕਰ ਲਾਂਗੇ ਆਪਣੇ ਹੱਥੀਂ। ਪਰ ਤੁਸੀਂ ਪਾਪਾਂ ਦੇ ਭਾਗੀ ਨਾ ਬਣੋ, ਕਿਉਂਕਿ ਗੁਰੂ ਸਾਹਿਬ ਜਾਗਦੇ ਉਹ ਹਾਜ਼ਰ ਨਾਜ਼ਰ ਨੇ, ਆਪਾਂ ਉਹਨਾਂ ਨੂੰ ਕਿਤਾਬ ਨਾ ਸਮਝੀਏ, ਪਾਪ ਨਾ ਖੱਟੀਏ। ਪਹਿਲਾਂ ਹੀ ਆਪਣੀਆਂ ਥਾਂ ਥਾਂ 'ਤੇ ਹੋ ਰਹੀਆਂ, ਆਪਾਂ ਤਾਂ ਪਹਿਲਾਂ ਭਰੇ ਪੀਤੇ ਬੈਠੇ ਹਾਂ ਸਾਰੇ। ਪ੍ਰਸ਼ਾਸਨ ਤਾਂ ਇਹਨਾਂ ਵੱਲੋਂ ਬੁਲਾਇਆ ਗਿਆ ਸੀਗਾ ਜੀ, ਇਹ ਕਹਿ ਕੇ ਬਾਬੇ ਕਬਜ਼ਾ ਕਰਨ ਆ ਗਏ ਦੁਕਾਨ ਸਾਡੀ ਤੇ, ਅਸੀਂ ਤਾਂ ਬੁਲਾਇਆ ਨਹੀਂ ਪ੍ਰਸ਼ਾਸਨ, ਕਿਉਂਕਿ ਸਾਡੇ ਕੋਲ ਪੰਜ ਪਾਪ ਥੋੜੀ ਸੀਗਾ। ਪਰ ਆਇਆ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੁਲਾਇਆ ਜੀ, ਉਹਨਾਂ ਨੂੰ ਦੇਖਿਆ ਵੀ ਉਹ ਕੀ ਕਾਰਵਾਈ ਕਰਦੇ, ਦੇਖਦੇ ਆ। ਇੱਕ ਹਫ਼ਤੇ ਦੇ ਵਿੱਚ ਦੂਜੀ ਵਾਰ ਇਸ ਤਰ੍ਹਾਂ ਹੋਇਆ, ਬੀਤੇ ਦਿਨ ਵੀ ਪੋਥੀਆਂ ਸਾਹਿਬ ਮਿਲੀਆਂ ਸੀ ਹਮਾਂਦਾ ਮੰਡੀ ਬਾਜ਼ਾਰ ਦੇ, ਕੀ ਲੱਗਦਾ ਹੈ ਗੁਰੂ ਨਗਰ ਹੀ ਹੈ, ਸ਼੍ਰੀ ਗੁਰੂ ਰਾਮਦੇਵ ਦੇ ਦਰ ਹੈ ਅੰਮ੍ਰਿਤਸਰ, ਇਸ ਤਰ੍ਹਾਂ ਦਾ ਇਸ ਤਰ੍ਹਾਂ? ਪਹਿਲੀ ਗੱਲ ਤਾਂ ਇਹ ਵੀ ਸਰੂਪ ਮਹਾਰਾਜ ਦਾ ਕਿਸੇ ਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੰਦੀ ਕਿਉਂ ਆ, ਕੀ ਲੋੜ ਪਈ ਆ? ਥਾਂ ਥਾਂ 'ਤੇ ਗੁਰੂ ਘਰ ਨੇ, ਜੇ ਦੇਣਾ ਵੀ ਆ ਸਰੂਪ ਪਹਿਲਾਂ ਜਾ ਕੇ ਦੇਖੋ ਸਹੀ ਵੀ ਕਿਤੇ ਸਰੂਪ ਪ੍ਰਕਾਸ਼ ਕਰਨ ਦੀ ਜਗ੍ਹਾ ਹੈਗੀ ਆ, ਲੋੜ ਹੈ ਪ੍ਰਕਾਸ਼ ਕਰਨ ਦੀ? ਅਜਿਹੀ ਕਿਹੜੀ ਲੋੜ ਆ ਜਿਹੜਾ ਸਾਰਾ ਕੁਛ ਰੂਪ ਮੰਗ ਰਹੇ ਮਹਾਰਾਜ ਦਾ? ਪਰ ਕੁਛ ਨਹੀਂ ਹੈਗਾ ਇੱਥੇ, ਬਸ ਦੇ ਦਿੰਦੇ ਆ ਸਿਫਾਰਸ਼ਾਂ ਦੇ ਵਿੱਚ, ਜਿਹੜਾ ਜੀ ਕਰਦਾ ਸਿਫਾਰਸ਼ ਪਾਉਂਦਾ ਸਰੂਪ ਲੈ ਦਿੰਦਾ ਮਹਾਰਾਜ ਦਾ, ਉਸ ਤੋਂ ਬਾਅਦ ਜਿਵੇਂ ਜੀ ਕਰਦਾ ਤਾਂ ਕਰਦਾ। ਇਸ ਗਲਾਸ ਸੋਢੀ ਹਾਊਸ ਦੇ ਵਿੱਚ ਪਰਮਜੀਤ ਸਿੰਘ ਕਾਲੀ ਜਥੇ ਸਮੇਤ ਆਏ, ਸਾਨੂੰ ਪਤਾ ਲੱਗਾ ਅਸੀਂ ਵੀ ਇੱਥੇ ਪਹੁੰਚੇ ਹਾਂ। ਇੱਥੇ ਇਹਨਾਂ ਨੇ ਜਿਹੜਾ ਪ੍ਰਕਾਸ਼ ਕੀਤਾ ਸੀ, ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਸੀ, ਉਸ ਪ੍ਰਕਾਸ਼ ਵਾਲੀ ਜਗ੍ਹਾ ਦੇ ਕਮਰੇ ਦੇ ਵਿੱਚ ਉਹਨਾਂ ਨੇ ਇਹਨਾਂ ਨੇ ਸਟੋਰ ਬਣਾਇਆ ਹੋਇਆ, ਇੱਟਾਂ ਵੀ ਉੱਥੇ ਰੱਖੀਆਂ ਸਨ, ਹੋਰ ਵੀ ਆਪਣਾ ਘਰੇਲੂ ਸਮਾਨ ਦੁਕਾਨ ਦਾ ਉੱਥੇ ਰੱਖਿਆ ਹੋਇਆ ਸੀ। ਸਤਿਗੁਰਾਂ ਦਾ ਕੋਈ ਸੁੱਖ ਆਸਾ ਨਹੀਂ ਸੀ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼੍ਰੋਮਣੀ ਕਮੇਟੀ ਵੱਲੋਂ ਰਾਮਸਰ ਤੋਂ ਇਹ ਲੈ ਕੇ ਆਏ ਨੇ। ਸਾਨੂੰ ਬੜੀ ਇੱਥੋਂ ਦੁਖਦਾਈ ਵਾਲੀ ਘਟਨਾ ਜਾਪਦੀ ਆ ਕਿ ਇਹ ਜਿਹੜੀਆਂ ਬੇਦਬੀਆਂ ਹੋ ਰਹੀਆਂ ਨੇ ਕੌਣ ਕਰਾ ਰਿਹਾ? ਇਹ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਬੰਧ ਹੈ ਉਹ ਹੀ ਕਰਵਾਈ ਜਾ ਰਹੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਹਿਲਾਂ ਦਿੰਦੇ ਨੇ,
ਫਿਰ ਮੁੜ ਕੇ ਬੇਦਬੀ ਕਰਵਾ ਕੇ ਅਤੇ ਫਿਰ ਆਪਣੇ ਰਾਮਸਰ ਲੈ ਜਾਂਦੇ ਨੇ। ਇਹਦੇ ਨਾਲੋਂ ਜੋ ਮਰਜ਼ਾਦਾ ਹਰਿਮੰਦਰ ਸਾਹਿਬ ਜਾਂ ਸ੍ਰੀ ਖਾਲਸਾ ਸਾਹਿਬ ਦੇ ਵਿੱਚ ਲਾਗੂ ਹੈ ਉਹ ਹੋਣੀ ਚਾਹੀਦੀ ਹੈ। ਇਹਨਾਂ ਦੇ ਵਿੱਚੋਂ ਕੋਈ ਅੰਮ੍ਰਿਤਧਾਰੀ ਨਹੀਂ, ਇਹਨਾਂ ਦੇ ਇਹ ਵੀ ਕੋਈ ਨਹੀਂ ਪਤਾ ਕੋਈ ਸ਼ਰਾਬ ਪੀਂਦਾ ਹੋਵੇ। ਫਿਰ ਇਹ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਫਿਰ ਸੁੱਖ ਆਸਣ ਬੜਾ ਲੰਮਾ ਸਮਾਂ ਹੋ ਗਿਆ ਇਹਨਾਂ ਨੇ ਕੀਤਾ ਨਹੀਂ ਸੀ, ਪ੍ਰਕਾਸ਼ਮਾਨ ਸੀ ਅਤੇ ਘੱਟਾ ਮਿੱਟੀ ਇੰਨਾ ਸੀ ਜਦੋਂ ਸਿੰਘਾਂ ਨੇ ਆਣ ਕੇ ਆ ਫੌਜਾਂ ਨੇ ਵੇਖਿਆ ਉਹ ਬਰਦਾਸ਼ਤ ਕਰਨ ਤੋਂ ਬਾਹਰੀ ਸੀ। ਪਰ ਫਿਰ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਪਾਲਕੀ ਸਾਹਿਬ ਵਾਲੀ ਗੱਡੀ ਲੈ ਕੇ ਆਏ ਸਨ। ਸ਼੍ਰੋਮਣੀ ਕਮੇਟੀ ਨੇ ਕੋਈ ਐਸਾ ਪ੍ਰਬੰਧ ਨਹੀਂ ਬਣਾਇਆ, ਨਾ ਧਰਮ ਪ੍ਰਚਾਰ ਕਮੇਟੀ ਨੇ, ਨਾ ਸ੍ਰੀ ਖਾਲਸਾ ਸਾਹਿਬ ਵੱਲੋਂ। ਕੀ ਕਾਰਵਾਈ ਦੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਕਿ ਜੇਕਰ ਇਹਨਾਂ ਦੋਸ਼ੀਆਂ ਨੂੰ ਸ੍ਰੀ ਅਕਾਲ ਤਖਤ ਸੱਦ ਕੇ ਅਤੇ ਧਾਰਮਿਕ ਸਜ਼ਾਵਾਂ ਲਾ ਕੇ ਅਤੇ ਮੀਡੀਆ ਵਿੱਚ ਦੇ ਦੇਣ ਵਾ, ਅਤੇ ਮੇਰੇ ਹਿਸਾਬ ਨਾਲ ਦੂਜੇ ਵੀ ਜਿਹਨਾਂ ਦੇ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਸ਼ਰਾਬ ਪ੍ਰਕਾਸ਼ ਕਰਕੇ ਸ਼ਰਾਬਾਂ ਮੀਟ ਕੋਈ ਰਹਿਤ ਮਰਜ਼ਾਦਾ ਨਹੀਂ ਹੈਗੀ, ਅੰਮ੍ਰਿਤ ਵੇਲੇ ਪ੍ਰਕਾਸ਼ ਨਹੀਂ ਕਰਨਾ, ਕੋਈ ਨੇਤਰੇ ਵੀ ਕਰਨਾ, ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕੋਈ ਵੀ ਗ੍ਰੰਥੀ ਜਾਂ ਪਾਰਟੀ ਸਿੰਘ ਗੁਰਦੁਆਰਾ ਸਾਹਿਬ ਲੈ ਕੇ ਆਉਂਦੇ ਜੇ ਜਾਂ ਉਹਨਾਂ ਨੂੰ ਕੋਈ ਡਿਊਟੀ 'ਤੇ ਲਾਉਂਦੇ ਜੇ, ਪਹਿਲਾਂ ਉਹਦੇ ਕੋਲੋਂ ਨੇਤਰੇ ਸੁਣਦੇ ਜੇ, ਪੁੱਛਦੇ ਅੰਮ੍ਰਿਤ ਕਿਤੋਂ ਛਕਦਾ, ਸਰਟੀਫਿਕੇਟ ਦਿਖਾਓ, ਅਤੇ ਫਿਰ ਤਾਬਿਆਂ 'ਚ ਬਹਿ ਦਿੰਦੇ ਜੇ ਕਿ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇਣ ਤੋਂ ਪਹਿਲਾਂ ਵੇਖਿਆ ਅੰਮ੍ਰਿਤਧਾਰੀ ਆ, ਕੋਈ ਨਹੀਂ ਇਹਨਾਂ ਨੇ ਵੇਖਿਆ। ਇਹ ਜਿਹੜੀਆਂ ਬੇਦਬੀਆਂ ਕਰਾ ਰਿਹਾ ਦਿੱਲੀ ਕਮੇਟੀ ਜਿਹੜੀ ਗੁਰੂ ਗ੍ਰੰਥ ਸਾਹਿਬ ਛਪਾਈ ਕਰ ਰਹੀ ਉਹ, ਅਤੇ ਸ਼੍ਰੋਮਣੀ ਕਮੇਟੀ ਕਰ ਰਹੀ ਆ, ਇਹ ਦੋਸ਼ੀ ਜਿਹੜੀ ਸ਼੍ਰੋਮਣੀ ਕਮੇਟੀ ਆ, ਮੈਂ ਤਾਂ ਇਹਨਾਂ ਨੂੰ ਦੋਸ਼ੀ ਠਹਿਰਾਊਂਗਾ। ਵੇਖੋ ਗੁਟਕਾ ਸਾਹਿਬ ਕੇ ਫੜ ਕੇ ਸਹੁੰ ਖਾਧੀ ਕੈਪਟਨ ਨੇ, ਅਤੇ ਉਹ ਵੀ ਸਰਕਾਰ ਚੱਲ ਗਈ, ਸਿੰਘਾਂ ਦੇ ਉੱਤੇ ਨਿਹੱਥਿਆਂ ਦੇ ਗੋਲੀਆਂ ਚਲਾਈਆਂ ਬਾਦਲ ਪਰਿਵਾਰ ਨੇ, ਅਤੇ ਉਹ ਵੀ ਚੱਲ ਗਏ, ਉਹਨਾਂ ਦਾ ਨਾਂ ਨਿਸ਼ਾਨ ਨਹੀਂ ਰਹਿ ਗਿਆ। ਜੇ ਹੁਣ ਸਿੰਘਾਂ ਦੇ ਉੱਤੇ ਝੂਠੇ ਪਰਚੇ ਕਰਕੇ ਅੰਮ੍ਰਿਤਸਰ ਅਤੇ ਡਿਊਰ ਜੇਲ੍ਹ ਦੇ ਵਿੱਚ ਇਹ ਸਰਕਾਰ ਨੇ, ਅਤੇ 8 ਸੀਟਾਂ ਤੋਂ ਉਹ ਵੀ ਮਾਰ ਖਾ ਗਏ, ਮੈਂ ਬੇਨਤੀ ਕਰਦਾ ਇਹ ਗੁਰੂ ਗ੍ਰੰਥ ਸਾਹਿਬ ਅਤੇ ਸਿੰਘਾਂ ਦੀ ਮਾਰ ਵਾ, ਇਹ ਮੁੱਖ ਵਿੱਚੋਂ ਬੋਲ ਨਹੀਂ ਕੱਢਦੇ, ਬੱਤੀਆਂ ਦੰਦਾਂ ਦਾ ਜਿਹੜਾ ਬੋਲ ਨਿਕਲਿਆ ਇਹ ਤੋਬ ਨਾਲੋਂ ਮਾੜਾ ਜੇ। ਸਰਕਾਰ ਨੂੰ ਕੀ ਪਹਿਲਾਂ ਸਭ ਤੋਂ ਇਹ ਸ਼੍ਰੋਮਣੀ ਕਮੇਟੀ ਕੋਲ ਮੰਗ ਕਰਦੇ ਹਾਂ ਕਿ ਇਹ ਜਿਹੜੀ ਵੀ ਕੋਈ ਭਾਵੇਂ ਫੋਟੋਆਂ ਦੀ ਸੇਵਾ ਵਾ, ਜਦੋਂ ਇੱਥੇ ਆਣ ਕੇ ਫੋਟੋਆਂ ਵੇਖੀਆਂ ਹਰਿਮੰਦਰ ਸਾਹਿਬ ਦੀਆਂ, ਅਤੇ ਆਖਰ ਨੂੰ ਆਹ ਘੱਟਾ ਚੜਿਆ ਆਇਆ ਵਾ, ਆਹ ਵੇਖੋ ਕਿੰਨਾ ਘੱਟਾ ਚੜਿਆ ਆਇਆ ਵਾ, ਆਹ ਜਿਹੜੀਆਂ ਫੋਟੋਆਂ ਹਰਿਮੰਦਰ ਸਾਹਿਬ ਦੀਆਂ, ਬਾਬਾ ਦੀਪ ਸਿੰਘ ਦੀਆਂ ਫੋਟੋਆਂ ਜਿਹੜੀਆਂ ਪੁੰਜੇ ਪਈਆਂ ਵਾ, ਅਤੇ ਪਤਾ ਨਹੀਂ ਕਿੰਨੀਆਂ ਕਿ ਇਹ ਲੋਕ ਜਿਹੜੀਆਂ ਬੇਦਬੀਆਂ ਕਰਕੇ ਅਤੇ ਫਿਰ ਮੁੜ ਕੇ ਆਪੇ ਸੰਸਕਾਰ ਕਰਕੇ ਸੁੱਟ ਦਿੰਦੇ ਆ। ਮੇਰੀ ਬੇਨਤੀ ਹੈ ਕਿ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿਹਨਾਂ ਜਿਹਨਾਂ ਦੇ ਘਰ ਵਿੱਚ ਹੈ, ਜੇ ਉਹ ਸੇਵਾ ਨਹੀਂ ਕਰਦੇ ਤਾਂ ਉਹਨਾਂ ਦੇ ਬੱਚਿਆਂ ਨੂੰ ਮੇਰੀ ਬੇਨਤੀ ਆ, ਬਜ਼ੁਰਗਾਂ ਨਾਲ ਵੇਖੋ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਵੇਖ ਕੇ ਆਪੇ ਹੀ ਲਾਗਲੇ ਗੁਰੂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਸਮਾਏ ਹੋਏ ਸਨ। ਇਹਦੇ ਵਿੱਚ ਦੇਖੋ ਜੀ, ਇਹਦੇ ਵਿੱਚ ਦੇਖੋ ਜੀ, ਐਸ ਜੀ ਪੀ ਸੀ ਦੇ ਧਰਮ ਪ੍ਰਚਾਰ ਕਮੇਟੀ ਤੋਂ ਮੈਂਬਰ ਆਏ ਸੀ ਜੀ, ਉਹਨਾਂ ਨੂੰ ਇਨਫੋਰਮ ਕੀਤਾ ਸੀ, ਉਹਨਾਂ ਨੇ ਆ ਕੇ ਸਾਰਾ ਅੰਦਰ ਦੇਖ ਲਿਆ ਵਾ। ਮਹਾਰਾਜ ਦੇ ਸਰੂਪ ਨੂੰ ਉਹ ਸਤਿਕਾਰ ਸਹਿਤ ਰਾਮਸਰ ਗੁਰਦੁਆਰਾ ਸਾਹਿਬ ਲੈ ਗਏ ਨੇ, ਅਤੇ ਅੱਗੇ ਜੋ ਵੀ ਉਹਨਾਂ ਵੱਲੋਂ ਇਨ ਰਿਟਰਨ ਜੋ ਵੀ ਸਾਨੂੰ ਐਪਲੀਕੇਸ਼ਨ ਮੂਵ ਕੀਤੀ ਜਾਏਗੀ ਉਸ ਮੁਤਾਬਕ ਦੇਖਾਂਗੇ ਕਿ ਕੀ ਬਣਦੀ ਕਾਰਵਾਈ ਜੀ। ਪਰ ਲਗਾਤਾਰ ਇਹ ਜੋ ਮਾਮਲੇ ਸਾਹਮਣੇ ਆ ਰਿਹਾ, ਬੀਤੇ ਦਿਨ ਵੀ ਕੁਛ ਸਮਾਂ ਪਹਿਲਾਂ ਗੱਲ ਕਰ ਲਈਏ ਤਾਂ ਐਸ ਐਚ ਓ ਸੀ ਡਿਵੀਜ਼ਨ ਦੇ ਏਰੀਏ ਦੇ ਵਿੱਚ ਵੀ, ਕਿਉਂਕਿ ਗਲਿਆਰੇ ਦੇ ਪਰਲੇ ਬੰਨੇ ਜੇ ਆਪਾਂ ਗੱਲ ਕਰ ਲਈਏ, ਉੱਥੇ ਵੀ ਇਹੋ ਜਿਹਾ ਮਾਮਲਾ ਸਾਹਮਣੇ ਆਉਂਦਾ, ਤਾਂ ਅੱਜ ਵੀ ਇਹ ਮਾਮਲਾ ਸਾਹਮਣੇ ਆਇਆ, ਜਿਹੜਾ ਦੋਸ਼ੀ ਆ ਉਹ 'ਤੇ ਕੀ ਕਾਰਵਾਈ ਕੀਤੀ? ਦੇਖੋ ਜੀ, ਐਸ ਜੀ ਪੀ ਸੀ ਦੇ ਧਰਮ ਪ੍ਰਚਾਰ ਕਮੇਟੀ ਦੇ ਅੰਡਰ ਹੀ ਆਉਂਦਾ ਹੈ ਸਾਰਾ ਕੁਝ ਜੀ, ਉਹ ਸਾਨੂੰ ਇਨ ਰਿਟਰਨ ਅਗਰ ਕੋਈ ਐਪਲੀਕੇਸ਼ਨ ਮੂਵ ਕਰਨਗੇ ਜਿਸ ਤਰ੍ਹਾਂ ਅੱਗੇ ਦੱਸਿਆ, ਉਸ ਮੁਤਾਬਕ ਕਾਰਵਾਈ ਲਿਆਂਦੀ ਜਾਏਗੀ ਜੀ। ਪਰ ਸਤਿਕਾਰ ਕਮੇਟੀ ਵੱਲੋਂ ਜੋ ਤੁਹਾਨੂੰ ਦੱਸਿਆ ਗਿਆ ਕੰਪਲੇਂਟ ਕੀਤੀ ਗਈ ਹੈ, ਕੀ ਉਹਨਾਂ ਦੇ ਆਧਾਰ ਦੇ ਉੱਤੇ ਉਹਨਾਂ ਦੀ ਕੰਪਲੇਂਟ ਦੇ ਉੱਤੇ ਕੋਈ ਕਾਰਵਾਈ ਕੀਤੀ ਗਈ? ਨਹੀਂ, ਫਿਲਹਾਲ ਸਾਨੂੰ ਨਹੀਂ ਕੋਈ ਉਹਨਾਂ ਨੇ ਕੰਪਲੇਂਟ ਦਿੱਤੀ ਜੀ। ਤਾਂ ਜਿਨ੍ਹਾਂ ਦੇ ਦੁਕਾਨ ਤੋਂ ਹੁਣ ਸ਼ਰੂਮ ਮਿਲਿਆ, ਕੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਹਜੇ ਤੱਕ ਕੋਈ ਨਹੀਂ ਕੀਤੀ ਗਈ? ਮੈਂ ਤੁਹਾਨੂੰ ਜਿਸ ਤਰ੍ਹਾਂ ਆਲਰੇਡੀ ਦੱਸਤਾ ਵਾ ਜੀ, ਐਸ ਜੀ ਪੀ ਸੀ ਦੇ ਅੰਡਰ ਦਾਇਰੇ ਅੰਦਰ ਆਉਂਦਾ ਹੈ ਸਾਰਾ, ਜੋ ਕੋਗਨੈਂਸ ਲੈਣਗੇ ਜੋ ਸਾਨੂੰ ਲਿਖ ਕੇ ਦੇਣਗੇ ਉਸ ਮੁਤਾਬਕ ਹੀ ਕਾਰਵਾਈ ਕਰਾਂਗੇ। ਇਹ ਦੇਖਣਾ ਵੀ ਮਹਾਰਾਜ ਦੇ ਸਰੂਪ ਦੀ ਬੇਅਦਬੀ ਹੋਈ ਜਾਂ ਨਹੀਂ ਹੋਈ ਜੀ, ਇਹ ਉਹਨਾਂ ਦਾ ਕੰਮ ਹੈ ਧਰਮ ਪ੍ਰਚਾਰ ਕਮੇਟੀ ਦਾ ਅਤੇ ਐਸ ਜੀ ਪੀ ਸੀ ਦਾ ਜੀ। ਠੀਕ ਹੈ, ਠੀਕ ਹੈ ਸਰ।